ਪਿਛਲੀ ਮੀਟਿੰਗ 'ਚ ਅਸਲ 'ਚੋਂ ਜਿਹੜੀ ਹੈਗੀ ਆ ਥੋੜ੍ਹੀ ਜਿਹੀ ਟਿਕਾਣੇ 'ਤੇ ਆ ਰਹੀ ਹੈਗੀ ਆ, ਪਰ ਸਾਡੀ ਮੰਗ ਆ ਕਿ ਤਿੰਨੋਂ ਕਾਨੂੰਨ ਚੱਕਣਾ ਚੂਰ ਇਸ ਤੋਂ ਘੱਟ ਨਹੀਂ ਮਨਜ਼ੂਰ। ਜਿਸ ਤਰੀਕੇ ਨਾਲ ਜਿਹੜਾ 2 ਸਾਲ ਦਾ ਪ੍ਰਸਤਾਵ ਰੱਖਿਆ ਸੀ ਰਾਤ ਤੁਹਾਡੇ ਵੱਲੋਂ ਰੱਦ ਕਰ ਦਿੱਤਾ ਗਿਆ, ਜੇ ਉਹਦੇ 'ਤੇ ਸਰਕਾਰ ਕੋਈ ਅਗਲਾ ਆਪਸ਼ਨ ਦਿੰਦੀ ਵੀ 5 ਸਾਲ ਕਰ ਲਓ ਜਾਂ ਹੋਰ ਕਰ ਲਓ, ਉਹ 'ਤੇ ਕੀ ਹੋਊਗਾ? 5 ਸਾਲ ਬਾਅਦ ਕਿਹੜਾ ਅਸੀਂ ਖੇਤੀ ਕਰਨੀ ਛੱਡ ਦੇਣੀ ਆ? ਵੀ 5 ਸਾਲ ਵੀ ਸਰ 5 ਸਾਲ ਲਈ ਤੁਸੀਂ ਜੀ ਲਓ ਅਤੇ 6ਵੇਂ ਸਾਲ ਤੁਹਾਡੀ ਹੈਗੀ ਅਸੀਂ ਜ਼ਮੀਨ ਕਾਰਪੋਰੇਟ ਨੂੰ ਦੇਣੀ ਆ। ਜ਼ਿੰਦਗੀ ਭਰ ਅਸੀਂ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਰੋਜ਼ੀ ਰੋਟੀ ਖਾਣੀ ਆ। ਅਸੀਂ ਤਾਂ ਹਰ ਵਾਰ ਕਰਦੇ ਹੈਗੇ ਹਾਂ, ਕਿਸੇ ਨੂੰ NIA ਦਾ ਨੋਟਿਸ ਭੇਜਿਆ ਜਾਂਦਾ, ਕਦੀ ਕੁਛ ਕੀਤਾ ਜਾਂਦਾ, ਅਸਲ 'ਚ ਸਰਕਾਰ ਬੁਖਲਾ ਚੁੱਕੀ ਆ। ਅੰਦੋਲਨ ਦੇਸ਼ ਭਰ 'ਚ ਫੈਲ ਚੁੱਕਾ, ਹਿਮਾਚਲ 'ਚ ਸਾਡੇ ਕੁਛ ਨੌਜਵਾਨਾਂ ਨੂੰ ਫੜਿਆ, ਜਿਹੜੇ ਉੜੀਸਾ ਤੋਂ ਆ ਰਹੇ ਲੋਕ ਉਹਨਾਂ ਨੂੰ ਫੜ ਰਹੇ ਹੈਗੇ ਆ। ਸਾਡੇ ਨਾਲ ਨੇ ਰਜਿੰਦਰਦੀਪ ਸਿੰਘ ਵਾਲਾ ਜੀ, ਉਹਨਾਂ ਨਾਲ ਗੱਲਬਾਤ। ਰਜਿੰਦਰ ਜੀ, ਕੀ ਉਮੀਦ ਆ ਅੱਜ ਦੀ ਮੀਟਿੰਗ? ਉਮੀਦ ਤਾਂ ਦੇਖੋ, ਇਹ ਤਾਂ ਮੀਟਿੰਗ ਤੋਂ ਬਾਅਦ 'ਚ ਪਤਾ ਲੱਗੂਗਾ, ਮੀਟਿੰਗ ਤੋਂ ਪਹਿਲਾਂ ਤਾਂ ਕੁਛ ਕਿਹਾ ਨਹੀਂ ਜਾ ਸਕਦਾ। ਪਰ ਅਸੀਂ ਮੰਨਦੇ ਕਿ ਸਰਕਾਰ ਦੇ ਨਾਲ ਸਾਡੀ ਦੂਜੀ ਮੀਟਿੰਗ ਹੋਣ ਜਾ ਰਹੀ ਹੈ। ਪਹਿਲੀ ਮੀਟਿੰਗ ਦਾ ਪਿਛਲੀ ਨੂੰ ਮੰਨਦੇ, ਜਿੰਦੇ ਸਰਕਾਰ ਕੁਛ ਨਹੀਂ, 9 ਮੀਟਿੰਗਾਂ ਤਾਂ ਐਵੇਂ ਸਰਕਾਰ ਮਤਲਬ ਉਹੀ ਇੱਧਰ ਉੱਧਰ ਦੀਆਂ ਮਾਰਦੀ ਰਹੀ ਹੈ। ਪਿਛਲੀ ਮੀਟਿੰਗ 'ਚ ਅਸਲ 'ਚ ਜਿਹੜੀ ਹੈਗੀ ਆ ਥੋੜ੍ਹੀ ਜਿਹੀ ਟਿਕਾਣੇ 'ਤੇ ਆ ਰਹੀ ਹੈਗੀ ਆ, ਪਰ ਸਾਡੀ ਮੰਗ ਆ ਕਿ ਤਿੰਨੋਂ ਕਾਨੂੰਨ ਚੱਕਣਾ ਚੂਰ ਇਸ ਤੋਂ ਘੱਟ ਨਹੀਂ ਮਨਜ਼ੂਰ। ਜਿਸ ਤਰੀਕੇ ਨਾਲ ਜਿਹੜਾ 2 ਸਾਲ ਦਾ ਪ੍ਰਸਤਾਵ ਰੱਖਿਆ ਸੀ ਰਾਤ ਤੁਹਾਡੇ ਵੱਲੋਂ ਰੱਦ ਕਰ ਦਿੱਤਾ ਗਿਆ, ਜੇ ਉਹਦੇ 'ਤੇ ਸਰਕਾਰ ਕੋਈ ਅਗਲਾ ਆਪਸ਼ਨ ਦਿੰਦੀ ਵੀ 5 ਸਾਲ ਕਰ ਲਓ ਜਾਂ ਹੋਰ ਕਰ ਲਓ, ਉਹ 'ਤੇ ਕੀ ਹੋਊਗਾ ਫਿਰ? 5 ਸਾਲ ਬਾਅਦ ਕਿਹੜਾ ਅਸੀਂ ਖੇਤੀ ਕਰਨੀ ਛੱਡ ਦੇਣੀ ਆ? ਵੀ 5 ਸਾਲ ਵੀ ਸਰ 5 ਸਾਲ ਲਈ ਤੁਸੀਂ ਜੀ ਲਓ ਅਤੇ 6ਵੇਂ ਸਾਲ ਤੁਹਾਡੀ ਹੈਗੀ ਅਸੀਂ ਜ਼ਮੀਨ ਕਾਰਪੋਰੇਟ ਨੂੰ ਦੇਣੀ ਆ। ਜ਼ਿੰਦਗੀ ਭਰ ਅਸੀਂ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਰੋਜ਼ੀ ਰੋਟੀ ਖਾਣੀ ਆ। ਆਹ ਕੱਪੜੇ ਪਾਏ, ਜੇ ਕਿਸਾਨ ਕਪਾਹ ਪੈਦਾ ਕਰਦਾ, ਨਰਮਾ ਪੈਦਾ ਕਰਦਾ, ਤਾਂ ਕੱਪੜੇ ਆਪਾਂ ਪਾਏ ਹੋਏ ਆ। ਤਣ ਕਿਸਾਨ ਢੱਕਦਾ ਹੈਗਾ, ਔਰ ਜਿਹੜੇ ਜਿਉਂਦੇ ਤੁਰੇ ਫਿਰਦੇ ਤੋਂ ਅਨਾਜ ਕਰਕੇ ਉਹ ਵੀ ਕਿਸਾਨ ਪੈਦਾ ਕਰਦਾ, ਅਤੇ ਉਹਨੂੰ ਤੁਸੀਂ ਕਹੋ ਵੀ ਤੈਨੂੰ 3-4 ਸਾਲ ਵਾਸਤੇ ਜੀ ਲੈਣ ਦਿੰਦੇ ਹਾਂ, ਉਸ ਤੋਂ ਬਾਅਦ ਕਾਰਪੋਰੇਟ ਦੇ ਹਵਾਲੇ ਕਰ ਦਿੰਦੇ ਹਾਂ, ਇਹ ਗੱਲ ਨਹੀਂ ਮਨਜ਼ੂਰ ਕੀਤੀ। ਜਿਹੜਾ ਵੱਖ ਵੱਖ ਸੂਬਿਆਂ ਦੇ ਵਿੱਚ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਕੱਲ੍ਹ ਵੀ ਤੁਸੀਂ ਗੱਲ ਕੀਤੀ, ਉਹਦੇ 'ਤੇ ਸਰਕਾਰ ਨਾਲ ਗੱਲਬਾਤ ਹੋਵੇ ਕੋਈ? ਅਸੀਂ ਤਾਂ ਹਰ ਵਾਰ ਕਰਦੇ ਹੈਗੇ ਹਾਂ, ਕਿਸੇ ਨੂੰ NIA ਦਾ ਨੋਟਿਸ ਭੇਜਿਆ ਜਾਂਦਾ, ਕਦੀ ਕੁਛ ਕੀਤਾ ਜਾਂਦਾ, ਅਸਲ 'ਚ ਸਰਕਾਰ ਬੁਖਲਾ ਚੁੱਕੀ ਆ। ਅੰਦੋਲਨ ਦੇਸ਼ ਭਰ 'ਚ ਫੈਲ ਚੁੱਕਾ, ਹਿਮਾਚਲ 'ਚ ਸਾਡੇ ਕੁਛ ਨੌਜਵਾਨਾਂ ਨੂੰ ਫੜਿਆ, ਜਿਹੜੇ ਉੜੀਸਾ ਤੋਂ ਆ ਰਹੇ ਲੋਕ ਉਹਨਾਂ ਨੂੰ ਫੜ ਰਹੇ ਹੈਗੇ ਆ, ਕਿਤੇ ਪਰਚੇ ਕੀਤੇ ਜਾ ਰਹੇ ਹੈਗੇ ਆ। ਸਰਕਾਰ ਬੁਖਲਾ ਚੁੱਕੀ ਆ ਔਰ ਸਰਕਾਰ ਨੂੰ ਆਪਣੀ ਜਿਹੜੀ ਹਾਰ ਆ ਉਹ ਸਪਸ਼ਟ ਨਜ਼ਰ ਆ ਰਹੀ ਹੈ। 26 ਜਨਵਰੀ ਦੀ ਪਰੇਡ ਦੀ ਹਾਲੇ ਤੱਕ ਦਿੱਲੀ ਪੁਲਿਸ ਨੇ ਕੋਈ ਗੱਲ ਨਹੀਂ ਕੀਤੀ, ਅੱਜ ਉਹ ਵੀ ਮੀਟਿੰਗ ਦੇ ਵਿੱਚ ਮੁੱਦਾ ਉਠਾਇਆ ਜਾਵੇਗਾ? ਨਹੀਂ, ਉਹ ਪੁਲਿਸ ਗੱਲ ਕਰ ਰਹੀ ਆ, ਉਹਨਾਂ ਨੂੰ ਅਸੀਂ ਸਪਸ਼ਟ ਕਰਤਾ ਕਿ ਕਿਸਾਨ ਪਰੇਡ ਦਿੱਲੀ ਦੇ ਵਿੱਚ ਹੀ ਹੋਣੀ ਆ। ਜੇ ਉਹ ਚਾਹੁੰਦੇ ਕਿ ਪੀਸਫੁੱਲ ਰਹੇ ਉਹ ਬੈਰੀਗੇਟਿੰਗ ਨਾ ਕਰਨ, ਜੇ ਉਹ ਚਾਹੁੰਦੇ ਪੀਸਫੁੱਲ ਨਾ ਰਹੇ ਫਿਰ ਬੈਰੀਗੇਟਿੰਗ ਕਰ ਲੈਣੇ, ਤਾਂ ਹੁਣ ਉਹਨਾਂ ਨੇ ਦੇਖਣਾ ਕੀ ਕਰਨਾ। ਤੁਹਾਡੇ ਹਿਸਾਬ ਨਾਲ ਜਿਸ ਤਰੀਕੇ ਨਾਲ ਨੌਜਵਾਨਾਂ ਦਾ ਜੋਸ਼ ਹੈ, ਤਾਂ ਕੀ ਸੰਭਾਲਿਆ ਜਾ ਸਕੇਗਾ ਜਿਹੜਾ 26 ਤਾਰੀਖ ਨੂੰ ਜਿਹੜਾ ਨੌਜਵਾਨਾਂ ਦਾ ਗੁੱਸੇ ਨੂੰ? ਨੌਜਵਾਨ ਤਾਂ ਉੱਥੇ ਆਪਾਂ ਤਾਂ ਕਿਸਾਨ ਪਰੇਡ ਕਰਨ ਜਾ ਰਹੇ ਹਾਂ, ਉੱਥੇ ਕਿਹੜਾ ਕੋਈ ਕੁਸ਼ਤੀ ਲੜਨ ਜਾ ਰਹੇ ਕਿਸੇ ਨਾਲ? ਆਹ 2 ਮਹੀਨੇ ਤੋਂ ਇੱਥੇ ਟਿਕੇ ਹੀ ਹੋਏ ਲੋਕ, ਪੰਜਾਬ ਜਿੰਨੇ ਲੋਕ ਆ ਅੰਦੋਲਨਕਾਰੀ ਬਹੁਤ ਜਾਪਤਾ ਵੱਧ ਆ। ਫੌਜਾਂ ਉਹੀ ਜਿੱਤਦੀਆਂ ਜਿਹੜੀਆਂ ਅਨੁਸ਼ਾਸਨ 'ਚ ਰਹਿੰਦੀਆਂ ਨੇ, ਬਿਲਕੁਲ, ਜਿਹੜੀ ਫੌਜ ਆਪਣੇ ਕਮਾਂਡਰ ਦੀ ਗੱਲ ਮੰਨਦੀ ਉਹੀ ਜਿੱਤਦੀ ਆ। ਔਰ ਇਹ ਲੋਕ ਜਿਹੜੇ ਸਾਡੇ ਆ ਇਹ ਬਹੁਤ ਜਾਪਤਾ ਵੱਧ ਨੇ, ਉਹ ਸਮਝ ਰਿਹਾ ਕਿ ਉਹਨਾਂ ਦੀ ਹੋਣ ਦੀ ਲੜਾਈ ਆ, ਔਰ ਜਿਹੜੇ ਲੋਕ ਅਗਵਾਈ ਕਰ ਰਹੇ ਆ ਉਹਨਾਂ ਦੀ ਉਹ ਗੱਲ ਮੰਨ ਰਹੇ ਆ, ਸਹਿਯੋਗ ਕਰ ਰਹੇ ਆ। ਇਹ ਲੋਕਾਂ ਦੇ ਸਹਿਯੋਗ ਕਰਕੇ ਅੰਦੋਲਨ ਇੱਥੋਂ ਤੱਕ ਆਇਆ ਔਰ ਇਹ ਜਿੱਤ ਤੱਕ ਵੀ ਪਹੁੰਚੂਗਾ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਰਜਿੰਦਰਦੀਪ ਸਿੰਘ ਵਾਲਾ, ਜਿਨ੍ਹਾਂ ਨੇ ਕਿਹਾ ਕਿਉਂਕਿ ਜਿਹੜਾ ਅੰਦੋਲਨ ਹੈ ਉਹ ਇਸੇ ਤਰੀਕੇ ਨਾਲ ਜਾ ਰਹੋ, 3 ਕਾਨੂੰਨ ਚੱਕਣਾ ਚੂਰ ਹੋਣਗੇ ਤਾਂ ਹੀ ਜਿਹੜੀ ਉਹ ਅਗਲੀ ਗੱਲਬਾਤ ਕੀਤੀ ਜਾਵੇਗੀ। ਉਹਨਾਂ ਸਪਸ਼ਟ ਕਹਿ ਦਿੱਤਾ ਕਿ ਕਾਨੂੰਨ ਰੱਦ ਤੋਂ ਬਿਨਾਂ ਇੱਥੇ ਕੋਈ ਹੋਰ ਗੱਲ ਨਹੀਂ ਹੋਵੇਗੀ। ਮੀਟਿੰਗ ਦੇ ਵਿੱਚ ਜਾ ਰਹੇ ਹਾਂ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਉੱਥੇ ਜਾ ਕੇ ਇਹ ਵੀ ਮੁੱਦਾ ਰੱਖਿਆ ਜਾਵੇਗਾ ਜਿਹੜੇ NIA ਦੇ ਨੋਟਸ ਭੇਜੇ ਜਾ ਰਹੇ ਆ ਜਾਂ ਵੱਖ ਵੱਖ ਸੂਬਿਆਂ ਦੇ ਵਿੱਚ ਕਿਸਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਇਹ ਵੀ ਮੀਟਿੰਗ ਦੇ ਵਿੱਚ ਮੁੱਦਾ ਹੋਵੇਗਾ। ਅਤੇ ਜਿਹੜੀ ਗੱਲ 26 ਜਨਵਰੀ ਦੀ ਪਰੇਡ ਦੀ ਹੈ ਤਾਂ ਉਹਨਾਂ ਇੱਥੇ ਸਪਸ਼ਟ ਕਰ ਦਿੱਤਾ ਕਿ ਜੇਕਰ ਬੈਰੀਕੇਡਿੰਗ ਕੀਤੀ ਜਾਵੇਗੀ ਤਾਂ ਉਹਦੀ ਜ਼ਿੰਮੇਵਾਰ ਦਿੱਲੀ ਸਰਕਾਰ ਹੋਵੇਗੀ। ਸਾਡੇ ਵੱਲੋਂ ਜਿਹੜਾ ਅੰਦੋਲਨ ਹਾਲੇ ਤੱਕ ਸ਼ਾਂਤਮਈ ਰੱਖਿਆ ਗਿਆ ਅਤੇ ਅੱਗੇ ਵੀ ਸ਼ਾਂਤਮਈ ਰੱਖਿਆ ਜਾਵੇਗਾ। ਕੈਮਰਾ ਪਰਸਨ ਲੈਮਨਦੀਪ ਦੇ ਨਾਲ ਬਨਿੰਦਰਜੀਤ ਸਿੱਧੂ, ਜਿੰਦਾਬਾਦ ਜੈਨ।